ਨਮਸਕਾਰ ਆਮ ਜਨਵੀ ਸ਼ਰਮਾ ਜੀ ਸੀ ਡਬਲਿਊ ਪ੍ਰੇਟ ਕਾਲਜ ਬੀਏ ਪਹਿਲੇ ਸਤਿ ਸਦੀ ਸ਼ਾਦਰਾ ਮੈਂ ਮੇਦ ਕਰਨੀਆਂ ਤੁਸੇ ਸਾਰੇ ਕੀ ਪਤਾ ਜੇ ਅੱਜ ਅੰਤਰਰਾਸ਼ਟਰੀ ਨਾਰੀਆਂ ਦਾ ਤਿਹਾੜਾ ਤੇ ਇਸ ਖਾਸ ਤਿਹਾੜੇ ਦੀਆਂ ਤੁਸੇ ਸਾਰੇ ਕੀ ਮਤੀਆਂ-ਮਤੀਆਂ ਮੁਬਾਰਕਾਂ ਮੈਂ ਜਨਵੀ ਅੱਜ ਤੁੰਦੇ ਸਾਹਮਣੇ ਉਸ ਬਹੁਮੁਖੀ ਪ੍ਰਤਿਮਾ ਦੀ ਮਾਲਕ ਡਾਕਟਰ ਬੀਨਾ ਗੁਪਤਾ ਹੋਰਾਂ ਕੀ ਲਈ ਆਈਆਂ ਜਿਨੇ ਕੀ ਅੱਜ ਕੋ ਨਹੀਂ ਜਾਣਦਾ ਤੇ ਅਸੀਂ ਕੀ ਵੀ ਆਪਣੇ ਆਪ ਦੀ ਹੁੰਦੇ ਤੱਕ ਪਛਾਣਾ ਚਾਹੀਦਾ ਤੇ ਹਰ ਕੁਸ ਹੈਗੀ ਹੁੰਦੇ ਸ਼ਾਂ ਪਰੇਰੇ ਤੋਂ ਹੀ ਹੈ ਕੰਮ ਕਰਨਾ ਚਾਹੀਦਾ ਜਿਵੇਂ ਉਹ ਕਰਦੀਆਂ ਆਈਆਂ ਅੱਜ ਹੁੰਦੇ ਗੇ ਕੁਛ ਲਿਖੇ ਦੇ ਸ਼ਬਦ ਮੈਂ ਆਪਣੇ ਜਵਾਨੀ ਤੁਸੀਂ ਸਾਰੇ ਗੀ ਸੁਣਨ ਲੱਗੀਆਂ ਤੇ ਮੈਂ ਮਿਹਤ ਕਰਾਂ ਜੇ ਮੇਰੇ ਅੰਗਰ ਤੁਸੀਂ ਕੀ ਉਹ ਸ਼ਬਦ ਪਸੰਦ ਆ ਮੇਰਾ ਦੂਆ ਵਿਦਿਆ ਮੰਦਰ ਮਹਿਲਾ ਕਾਲਜ ਪਰੇਡ ਗਰਾਉਂਡ ਜੰਮੂ ਵਿਦਿਆ ਗ੍ਰਾਂਨ ਕਰਨਾ ਕੰਨਾ ਇਨਸਾਨ ਚ ਪਾਤਤਾ ਯਾਨੀ ਕਾਬਲੀਅਤ ਦਾ ਗੁਣ ਆਂਦਾ ਹੈ ਕਾਬਲੀਅਤ ਦੇ ਗੁਣ ਕੰਨ ਇਨਸਾਨ ਤਨਜਿਤ ਕਰਨ ਦੀ ਯੋਗਤਾ ਹਾਸਲ ਕਰਦਾ ਹੈ ਤੇ ਤਨ ਕੰਨ ਸਭ ਧਰਮ ਕਰਮ ਤੇ ਕੰਮ ਸੰਪੰਨੋਂ ਦੇਨ ਤੇ ਫੀ ਇਹਨੇ ਕੰਮੇ ਸੰਪੰਨਤਾ ਕੰਨ ਇਨਸਾਨ ਸੁਖ ਦਾ ਅਨੁਭਵ ਕਰਦਾ ਹੈ ਸਮਝੀ ਲੈਣਾ ਚਾਹੀਦਾ ਹੈ ਜੇ ਮੂਲ ਰੂਪ ਵਿੱਚ ਸਾਰਾ ਸ਼੍ਰੇਅ ਵਿਦਿਆ ਅਰਜਨ ਕੀ ਜੰਦਾ ਹੈ ਜਿਹੜਾ ਇਨਸਾਨ ਕੀ ਪਰੰਪਰਾ ਸਵੰਦ ਕਰਨਾ ਸੁਖ ਦੀ ਚਰਮ ਅਨੁਭੂਤੀ ਤੱਕਰ ਪਹੁੰਚਦਾ ਹੈ ਮੇਰੇ ਜੀਵਨ ਚ ਵਿਦਿਆ ਦੇ ਪ੍ਰਮੁਖ ਚਾਉ ਮੰਦਰੇ ਦਾ ਯੋਗਦਾਨ ਹੈ ਪਹਿਲਾ ਮੰਦਰ ਹੈ ਮੇਰਾ ਸਕੂਲ ਆਰਏ ਸਮਾਜ ਦਾ ਆਰਿਆ ਕੰਨਿਆ ਵਿਦਿਆਲਯ ਪੁਰਾਣੀ ਮੰਡੀ ਜੰਮੂ ਜਿੱਥੋਂ ਮੈਂ ਮੈਟਰਿਕੂਲੇਸ਼ਨ ਕਰਨ ਦੇ ਕੰਨ ਗੁਰੂਆਂ ਪ੍ਰਤੀ ਸ਼ਰਧਾ ਤੇ ਨਿਸ਼ਠਾ ਦੇ ਸੰਸਕਾਰ ਗ੍ਰਹਿਣ ਕੀਤੇ ਮੇਰਾ ਦੂਆ ਵਿਦਿਆ ਮੰਦਰ ਮਹਿਲਾ ਕਾਲਜ ਪ੍ਰੇਡ ਗਰਾਉਂਡ ਹਾ ਜਿੱਥੇ ਮੈਂ 1966 ਥਮਾ 1970 ਤੱਕ ਦੇ ਚੌਂ ਵਰੇਂਚ ਇੰਦੀ ਸੰਸਕ੍ਰਿਤ ਅੰਗਰੇਜ਼ੀ ਤੇ ਇਕਨੋਮਿਕਸ ਵਿਸ਼ੇ ਲਈ ਹੈ ਬੀਏ ਯਾਨੀ 3 ਇਅਰ ਡਿਗਰੀ ਕੋਰਸ ਕੀਤਾ ਤੇ ਕਈ ਸੁਆਨੇ ਚੇਤੇ ਕਠੇਰੇ ਪ੍ਰੋਫੈਸਰ ਕਮਲਾ ਸਾਨੀ ਹੁੰਦਾ ਇਕਨੋਮਿਕਸ ਪੜਾਉਣਾ ਪ੍ਰੋਫੈਸਰ ਸ਼ਕਤੀ ਸ਼ਰਮਾ ਹੁੰਦਾ ਇੰਦੀ ਪ੍ਰੋਫੈਸਰ ਕੁਸਮ ਗੁਪਤਾ ਹੁੰਦਾ ਸੰਸਕ੍ਰਿਤ ਤੇ ਪ੍ਰੋਫੈਸਰ ਕੇਲਾਸ਼ ਰਾਜਪੂਤ ਤੇ ਪ੍ਰੋਫੈਸਰ ਨਰਾਇਣ ਹੁੰਦਾ ਅੰਗਰੇਜ਼ੀ ਪੜਾਉਣਾ ਵੀ ਚੇਤਾ ਇੰਦਾ ਸਭਨੇ ਦਾ ਆਪਣਾ ਆਪਣਾ ਅੰਦਾਜ਼ ਤੇ ਪੜਾਉਣੇ ਦਾ ਢੰਗ ਆਕਰਸ਼ਿਤ ਕਰਨਿਆਲਾ ਹਾ ਉਪਰਾਂ ਦਾ ਸਹਿਪਾਠਨੇ ਦੀ ਵੱਡੀ ਕਿਸ਼ਟੋਲੀ ਵਿਦਿਆਗ੍ਰਹਿਣ ਕਰਨ ਦੇ ਕੰਨ ਕੰਨ ਕਾਲਜ ਉਹ ਨਿਆਲੇ ਸੱੰਸਕ੍ਰਿਤੀ ਕਾਰਜਕ੍ਰਮ ਵੀ ਕਾਟ ਰੋਚਕ ਨਹੀਂ ਹੈ ਹੁੰਦੇ ਹਰਵਰ 5 ਨਵੰਬਰ ਦਾ ਕਾਲਜ